ਤਾਂ ਤੂੰ ਕੀ ਚਾਹੁੰਦਾ? ਕਿਵੇਂ ਬਦਲਣਾ ਹੈ ਲੋਨ? ਪਹਿਲੀ ਗੱਲ ਤਾਂ ਇਹ ਮੁਰਦੇ ਕਦੇ ਬਦਲਾ ਨਹੀਂ ਲੈਂਦੇ। ਤੂੰ ਬਦਲਾ ਲੈਣ ਦੀ ਛੱਡ, ਪਹਿਲਾਂ ਆਪਣੇ ਆਪ 'ਤੇ ਧਿਆਨ ਦੇ, ਜ਼ਿੰਦਾ ਰਹਿਣ 'ਤੇ ਧਿਆਨ ਦੇ। ਜੇ ਬਲਦੇਵ ਨੇ ਤੇਰੇ ਮਾਪਿਆਂ ਨੂੰ ਦਿਨ ਦਿਹਾੜੇ ਮਾਰ ਦਿੱਤਾ ਹੁੰਦਾ ਤਾਂ ਤੂੰ ਕੀ ਕਰਦਾ? ਚੰਗੇ ਤਰੀਕੇ ਨਾਲ ਮੇਰੀ ਗੱਲ ਸੁਣ। ਅੱਜ ਤੇਰੇ ਲਈ ਮੇਰੇ ਕੋਲੇ ਫੋਨ ਆਇਆ, ਕੱਲ੍ਹ ਬਲਦੇਵ ਕੋਲੇ ਵੀ ਆਊਗਾ। ਮੈਨੂੰ ਪਤਾ ਕਿ ਤੂੰ ਕਿੱਥੇ ਰਹਿੰਦਾ ਅਤੇ ਬਲਦੇਵ ਨੂੰ ਵੀ ਪਤਾ। ਇੱਕ ਸੈਕਿੰਡ ਲਾਓ ਤੈਨੂੰ ਗਾਇਬ ਕਰਾਉਣ ਲਈ। ਉਹ ਤੇਰੇ ਨਾਲ ਨਾਲ ਉਹ ਕੈਮਰੇ ਵਾਲੀ ਕੁੜੀ ਵੀ ਖਮ ਖਾ ਮਾਰੀ ਜਾਓ। ਘੱਟੋ ਘੱਟ ਉਹਨੂੰ ਤਾਂ ਬਚਾ, ਉਹਨੂੰ ਤਾਂ ਬਾਹਰ ਭੇਜ। ਔਰ ਸਭ ਤੋਂ ਜ਼ਰੂਰੀ ਪਹਿਲਾ ਕੰਮ ਕਰ, ਤੂੰ ਅੰਡਰਗਰਾਊਂਡ ਹੋ ਜਾ ਔਰ ਜਿੰਨੀ ਛੇਤੀ ਹੋ ਸਕੇ ਇਹ ਦੇਸ਼ ਛੱਡ ਕੇ ਚਲਾ ਜਾ। ਤੇਰੇ ਲਈ ਚੰਗਾ ਰਹੋ। ਬਦਲਾ ਲੈਣਾ ਜੇ ਬਲਦੇਵ ਤੈਨੂੰ ਲੱਭਣ 'ਤੇ ਆ ਜਾਊਗਾ ਨਾ, ਤੇ ਤੂੰ ਕਿਤੇ ਭੱਜ ਨਹੀਂ ਸਕਦਾ, ਇਹ ਤਾਂ ਪੱਕਾ। ਭੱਜਣਾ ਕੌਣ ਚਾਹੁੰਦਾ? 20 ਸਾਲ ਹੋ ਗਏ ਮੈਨੂੰ ਤੜਪਦੇ ਰਹੀ ਬਦਲਾ ਲੈਣ ਲਈ, ਤੇ ਤੂੰ ਕਹਿ ਰਿਹਾ ਕਿ ਭੱਜ ਜਾਊ? ਨਹੀਂ, ਹੁਣ ਨਹੀਂ ਮੈਂ ਭੱਜਣ ਵਾਲਾ। ਤੇ ਤੇਰੇ ਬਚਣ ਦੇ, ਜ਼ਿੰਦਾ ਰਹਿਣ ਦੇ ਦੋ ਹੀ ਰਾਹ ਨੇ। ਜਾਂ ਤਾਂ ਤੇਰਾ ਰਾਜ਼ ਕਿਸੇ ਇੱਕ ਨੂੰ ਪਤਾ ਨਾ ਚੱਲੇ, ਜਾਂ ਫਿਰ ਸਾਰਿਆਂ ਨੂੰ ਪਤਾ ਚੱਲ ਜੇ, ਫਿਰ ਹੀ ਬਚੇਗਾ ਬੇਟਾ। ਠੀਕ ਹੈ? ਉਹ ਸਮਝ ਰਿਹਾ ਮੈਂ ਕੀ ਕਹਿ ਰਿਹਾ? ਬਦਲਾ ਲੈਣਾ ਤੂੰ ਰੱਖ, ਔਰ ਰੱਖ ਲੈ ਤੇਰੀ ਸੇਫਟੀ ਲਈ। ਇੱਕ ਗੱਲ ਪੁੱਛੂੰ? ਪੁੱਛ। ਤੂੰ ਤਾਂ ਬਲਦੇਵ ਲਈ ਕੰਮ ਕਰਦਾ ਨਾ, ਫਿਰ ਮੇਰੀ ਹੈਲਪ ਕਦੇ ਲਈ? ਆਪਣੀ ਮਜਬੂਰੀ ਹੈ, ਮਰਜ਼ੀ ਨਾਲ ਕੰਮ ਨਹੀਂ ਕਰਦਾ ਮੈਂ ਬਲਦੇਵ ਨਾਲ। ਖੈਰ ਛੱਡ, ਤੈਨੂੰ ਜੋ ਸਮਝਾਇਆ ਉਹ ਸਮਝ ਅਤੇ ਆਪਣਾ ਧਿਆਨ ਰੱਖ। ਠੀਕ ਹੈ? ਚੱਲ ਚੰਗਾ।